सो ये फिर तो स्मूदी ये बहुत ज़्यादा वधिया लगी यार मैनू। ओट्स वगैरह हैगा, बनाना हैगा, इहदे च हेल्थ लई वधिया आ। अज की शुरुआत करांगे आपां स्मूदी तो। पापा तुसीं की खड़का पाया? हथियार कट्ठे करने आ जिते। नाल कौन नारियल तोड़दा पापा? वाह वाह, ओ टुट गया टुट गया पापा। मलाई सारी अच्छी छैंडियां ना तोड़ देनी ते खानी की है विच्चों। सॉरी मलाई तो तोड़ती पापा। पर इस वारी पहली बार इदां होया कि बर्थडे दी कोई प्लानिंग नहीं कीती, क्योंकि समझ नहीं आउंदे की करिए। मैं नहीं कीती, बाकी नहीं पुड खजाउण वाली केड़ी गल है, इस वारी है ही कोई प्लानिंग नहीं है, क्योंकि असल च ना मैं हां मैं तुहानूं दस्सदा ना, मैं दो चीजां सोचियां सी पर दोवें चीजां कामयाब नहीं होईयां। बहुत ग्रैंड चीजा ही जे कि हो जाए ना तो बहुत, पर कोई नहीं इस बारी नहीं, मैं अगली बार करूंगा। इस करके फिलहाल मेरे को कोई भी तेरे बर्थडे लिए चीज नहीं मैं सोची हुई। हाँ ते गिफ्ट तो सोचा ही होगा। गिफ्ट यार तेनू मैं कपड़े दे सकदे, कपड़े कपड़े ले ले, ड्रेस ले ला कोई वधिया जी। मम्मा ने किथे सोचा यही प्लान, प्रैंक वाला प्लान कीता। ओए यार तू फिर शुरू हो गई है। प्रैंक ही कीता तानू लगदा ना, पहचान नू कहवांगे आपां कुछ। मैं स्लाइम मारना तेरे मुंह ते रंग लगा के। कोई पता तुसी यही सोचा ना, पहला पहचान नू कहवांगे कुछ नहीं सोचा, बाद च नू वधिया जे होटल च जा कहंगे सरप्राइज, ओथे फिर दा एदा सोचा होणा तुसी। आज देखो पार्टी दी शुरुआत है। क्या बात है, तुम्हें पूछा नहीं की हसीन मुलाकात है। दसो आज दे जन्मदिन दी शुरुआत में स्पेशल डिश रात नु बना रहे, और पता नहीं वो की बना रहे, मुझे पता। मेरे मुंह च पानी आवे, मैं कुछ वखरा बनू अज है ना। पापा ने रेसिपीज देख के फोन बंद किया, रख के नहाउन चले गए। पापा ने रेसिपी छोड़ी, पापा कहते तो मोदी देख ली। मैनु आ गई कहती ਮੈਂ ਮਾਮਾ ਇੱਦਾਂ ਦਾ ਪਾਪਾ ਰੈਸਪੀ ਦੇਖਦੇ ਮੈਨੂੰ, ਮੈਂ ਬੜੀ ਖੁਸ਼ ਹੋਈ ਵੀ ਅੱਜ ਵਧੀਆ ਜਾ ਕੇ ਬਣ ਕੇ ਪਾਪਾ ਨਹਾਉਣ ਚੱਲ ਗਏ, ਅਤੇ ਜਦੋਂ ਇਹ ਆਏ ਨਾ ਕੇ ਅਤੇ ਮੇਰਾ ਹਾਸਾ ਨਿਕਲ ਗਿਆ। ਕਹਿੰਦੇ ਤੂੰ ਕਿਹਾ ਸੰਦੀ, ਮੈਂ ਕਿਹਾ ਵੀ ਉਹ ਬੜੀ ਖੁਸ਼ ਵੀ ਤੁਸੀਂ ਕਹਿੰਦੇ ਸਪੈਸ਼ਲ ਡਿਸ਼ ਬਣਾਉਂਦੇ ਹੋ, ਬੜੀ ਖੁਸ਼ ਵੀ ਅੱਜ ਕੁਛ ਸਪੈਸ਼ਲ ਖਾਣ ਨੂੰ ਮਿਲੂਗਾ। ਉਹੀ ਤੜਕਾ ਜਿਹਾ ਲਾ ਲਿਆ ਮਾੜਾ ਜਿਹਾ ਜਿਹੜਾ, ਪਰ ਸਵਾਦ ਬਣੇ ਨਾ, ਸਵਾਦ ਬਹੁਤ ਬਣਦੇ। ਨਹੀਂ ਮੈਨੂੰ ਤੁਸੀਂ ਡਿਨਰ ਕਰਾ ਦਿਓ ਬਾਹਰ ਵਧੀਆ ਜਿਹੀ ਹੋਟਲ 'ਚ। ਨਹੀਂ ਡਿਨਰ ਛੱਡੋ ਮੰਮਾ, ਚਲੋ ਆਪਾਂ ਇਹਦੇ ਕੋਈ ਗਿਫਟ ਲੈਣ ਚੱਲੀਏ, ਚਲੋ ਚੱਲੀਏ ਪੁੱਟ। ਤੇਰਾ ਸਾਰੇ ਲੰਬੇ ਲਾ, ਸੂਟ ਲੈ ਲੈਣਾ ਇਤੋਂ ਮੈਨੂੰ ਦੋ ਸੂਟ, ਜੋ ਮਰਜੀ ਹੋਏ ਲੈ ਮੰਮਾ, ਸੂਟ ਹੋਏ ਇਦਾਂ ਥੋੜੀ ਹੁੰਦੀ ਹੈ। ਜਨਮਦਿਨ ਦੀ ਤੇ ਚਪੇੜ ਹੀ ਬੜੀ ਹੁੰਦੀ ਹੈ, ਸੂਟ ਮਿਲਣਾ ਲਿਆ ਫਿਰ ਮੇਰੇ ਵੱਲੋਂ ਵੀ ਫਿਰ ਇੱਕ ਆ ਜੇ। ਨਹੀਂ ਨਹੀਂ ਨਹੀਂ, ਤੈਨੂੰ ਤੇਰੇ ਲਈ ਗਿਫਟ ਲੈ ਕੇ ਨਾ, ਕੁਛ ਤੇ ਲੈ ਕੇ ਆਵਾਂਗੇ ਮੰਮਾ। ਮੇਰੀ ਗੱਲ ਸੁਣੋ ਯਾਰ, ਜਦੋਂ ਜੇ ਮੇਰਾ ਬਰਥਡੇ ਸਤੰਬਰ ਚ ਹੁੰਦਾ ਨਾ, ਫਿਰ ਮੈਨੂੰ ਫੋਨ ਮਿਲ ਜਾਣਾ। ਹਾਂ ਫਿਰ ਤੈਨੂੰ ਫੋਨ ਮਿਲ ਜਾਣਾ, ਕਿਉਂਕਿ ਹੁਣ ਮੈਂ ਚਾਹ ਸੋਚਿਆ ਪਹਿਲਾਂ ਫੋਨ ਲਈਏ, ਬਟ ਸੱਚ ਮੇਰਾ ਬਰਥਡੇ ਸਤੰਬਰ ਨੂੰ ਹੀ ਆ। ਬੋਲੀ ਦਾ ਥੋੜੀ ਆਪਾਂ ਪੈਕ ਕਰਕੇ ਦੇ ਦੇਣਾ ਤੈਨੂੰ। ਸ਼ੰਗਰੀਲਾ ਹੋਟਲ ਦੇ ਵਿੱਚ ਆਲਰੇਡੀ ਕਿਸੇ ਨੇ ਫੇਸਬੁੱਕ ਤੇ ਨਾਂ ਦਾ ਪੇਜ ਬਣਾਇਆ। ਅੱਛਾ ਆਪਾਂ ਫੇਸਬੁੱਕ ਤੇ ਪੇਜ ਬਣਾ ਲਿਆ ਆਪਣਾ, ਮਨਚਨ ਵਲੌਗਸ ਨਾਮ ਦਾ ਪੇਜ ਆ, ਅਫੀਸ਼ੀਅਲ ਪੇਜ ਇਹੀ ਆ, ਇੱਕ ਦੋ ਹੋਰ ਬਣੇ ਹੋਏ ਆ ਉਹ ਨਹੀਂ ਹੈਗਾ। ਤੇ ਇਸ ਵਿੱਚ ਆਪਾਂ ਡੇਲੀ ਪਾਇਆ ਕਰਾਂਗੇ ਆਪਣੇ ਵਲੌਗ। ਜਿਨ੍ਹਾਂ ਨੇ ਸਾਡੇ ਨਾਲ ਸਾਡੀ ਜਰਨੀ ਨਹੀਂ ਜੁਆਇਨ ਕੀਤਾ ਸੀ ਸ਼ੁਰੂ ਤੋਂ, ਉਹ ਹੁਣ ਜੁਆਇਨ ਕਰ ਸਕਦੇ ਆ। ਪਹਿਲਾ ਵਲੌਗ ਆ ਚੁੱਕਿਆ ਆ, ਜਲਦੀ ਜਾ ਕੇ ਦੇਖਿਓ ਡਿਸਕ੍ਰਿਪਸ਼ਨ 'ਚ ਤੇ ਕਮੈਂਟ ਸੈਕਸ਼ਨ ਦੇ ਪਿੰਨ ਕੀਤਾ। ਅਰੇ ਤਿੰਨ ਲਾਈਕ ਵੀ ਆ ਗਏ ਆ, ਨੋਟ ਬੈਡ। ਓ ਬਾਬੇ 4 ਲਾਈਕ, 28 ਹੋ ਗਏ, ਐ ਇੱਕਦਮ ਹੀ ਹੋ ਗਏ। ਓਕੇ ਚਲੋ, ਬਾਕੀ ਜਲਦੀ ਜਲਦੀ ਜਿਨ੍ਹਾਂ ਨੇ ਨਹੀਂ ਕੀਤਾ ਫੋਲੋ ਪੇ ਸਾਨੂੰ ਫੇਸਬੁੱਕ ਤੇ, ਮਨਚਨ ਵਲੌਗਸ ਤੇ ਜਲਦੀ ਆ ਜਾਓ। ਇਹ ਆ ਮੰਮਾ ਦਾ ਗਿਫਟ ਜਿਹੜਾ ਆਪਾਂ ਬਣਾਇਆ ਸੀਗਾ, ਵਾਈਟ ਕਲਰ ਇਹਨੂੰ ਕਰਤਾ ਵਾ ਤੇ ਕਿੰਨਾ ਸੋਹਣਾ ਲੱਗ ਰਿਹਾ। ਹੁਣ ਇੱਥੇ ਮੰਮਾ ਦਾ ਜਿਹੜਾ ਹੱਥ ਆ ਇੱਥੇ ਆਪਾਂ ਲਵਾਂਗੇ ਨੇਲ ਪੇਂਟ। ਆ ਮੰਮਾ ਦਾ ਫੇਵਰੇਟ ਕਲਰ। ਠੀਕ ਹੈ ਠੀਕ ਹੈ, ਤੋੜਤੀ 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 ਨਹੀਂ ਨਹੀਂ ਟੁੱਟੀ।
ਜਮ ਗਈ ਹੈ ਨਹੀਂ ਨਹੀਂ ਉਹ ਕੰਜਾ ਪਰਸੋਂ ਲਾਈ ਹੈ ਪਰ ਮੰਮਾ ਨੂੰ ਹੱਥਾਂ ਤੇ ਨੇਲ ਪੇਂਟ ਲਗਾਉਣੀ ਬਿਲਕੁਲ ਪਸੰਦ ਨਹੀਂ ਹੈ ਪੈਰਾਂ ਤੇ ਲਗਾਉਂਦੇ ਆ ਪਰ ਆਪਾਂ ਇੱਥੇ ਨਿਸ਼ਾਨੀ ਰੱਖਣ ਦਾ ਵਾਸਤੇ ਤਾਂ ਆਪਾਂ ਇੱਥੇ ਨੇਲ ਪੇਂਟ ਲਗਾਉਣੀ ਹੈ ਕਿ ਪਤਾ ਲੱਗੇ ਕਿ ਸਾਡਾ ਫੇਵਰਿਟ ਕਲਰ ਹੈ ਇਹ ਮੇਰਾ ਫੇਵਰਿਟ ਕਲਰ ਹੈ ਨੇਲ ਪੋਲਿਸ਼ ਦਾ ਭਾਵੇਂ ਮੈਂ ਪੈਰਾਂ ਨੂੰ ਲਾਉਣੀ ਹੈ ਆਹ ਪੈਰਾਂ ਨੂੰ ਮੰਮਾ ਹੱਥਾਂ ਨੂੰ ਨਹੀਂ ਕਦੇ ਵੀ ਲਾਉਂਦੀ ਮੈਂ ਹੱਥਾਂ ਨੂੰ ਕਦੇ ਨਹੀਂ ਲਾਉਂਦੀ ਹਾਂ ਸਵਾਰ ਲੂੰ ਓਏ ਪਾਪਾ ਦਾ ਸੀ जिद लथ जाना सारा गिफ्ट खराब कर देना पुड ने नहीं यार तू फैली जा रही है ना थां थां ते ਫੋਟੋ ਚਾਦਰ ਯਾਰ ਆਪਾਂ ਅਸਲ 'ਚ ਨਾ ਆਹ ਟੇਬਲ ਬਣਾਇਆ ਸੀਗੇ ਜਦੋਂ ਆਪਾਂ ਲਾਈਵ ਵਗੈਰਾ ਹੋਣਾ ਨਾ ਉਹਦੇ ਵਾਸਤੇ ਬਣਾਇਆ ਬਟ ਫਿਲਹਾਲ ਟਾਈਮ ਹੀ ਨਹੀਂ ਲੱਗਣ ਦਿਆ ਕਿ ਲਾਈਵ ਹੋ ਪਈ ਹੈ ਸਾਰੀ ਰਟਰਮ ਪਟਰਮ ਇੱਥੇ ਟਕਾਈ ਹੁੰਦੀ ਹੈ ਚਲ ਕੋਈ ਨਾ ਅੱਜ ਸਾਡੀ ਲੈਜੈਂਡਰੀ ਕੜਾਈ ਦੇ ਵਿੱਚ ਬਣਿਆ ਲੈਜੈਂਡਰੀ ਛੋਲੇ ਅੱਜ ਬੜੇ ਛੋਲੇ ਤੇਰੀ ਅੱਡੀ ਹਿੰਮਤ ਤੂੰ ਮੇਰੇ ਬਰਾਬਰ ਬੋਲੇ ਉਹ ਚੁੱਪ ਕਰ ਠੋਲੇ ਓਏ ਤੇ ਨਾਲ ਆਪਾਂ ਰੋਟੀਆਂ ਭੁੜਦੇ ਰੋਟੀ ਦੀ ਤਰੀਫ ਹੈ ਯਾਰ ਬਹੁਤ ਗੋਲਡ ਰੋਟੀ ਲਾਉਂਦਾ ਓਏ ਉਹ ਕਰਨ ਦੇ ਉਹ ਤੇਲ ਕਿਉਂ ਲਗਾ ਤੇ ਬਹੁਤ ਗੋਲਡ ਰੋਟੀ ਲਾਉਂਦਾ ਪਰ ਆਪਾਂ ਹੁਣੇ ਕਮੈਂਟ ਪੜਨ ਦੇ ਸੀ ਤੇ ਕਮੈਂਟ ਜਿਹੜਾ ਆਪਾਂ ਪਹਿਲਾ ਵਲੌਗ ਸੀ ਜਦੋਂ ਆਪਾਂ ਮੰਮਾ ਪਾਪਾ ਨੂੰ ਲੈ ਕੇ ਗਏ ਉਹ 'ਚ ਆਪਾਂ ਇੱਕ ਕਿਹਾ ਹੋਇਆ ਕਿ ਆਪਾਂ ਆਪਣੇ ਦੀਦੀ ਨੂੰ ਮਿਲਣ ਚੱਲੇ ਹਾਂ ਐਕਚੁਅਲੀ ਉਹ ਮੇਰੇ ਮਾਮਾ ਜੀ ਦੀ ਬੇਟੀ ਆ ਤੇ ਉਹਨਾਂ ਨੂੰ ਮਿਲਣ ਚੱਲੇ ਹਾਂ ਤੁਸੀਂ ਕਰੀ ਜਾ ਰਹੇ ਕਿ ਆਪਾਂ ਖਰੇ ਤਿੰਨ ਭੈਣ ਭਰਾ ਵਾਂ ਮੰਮਾ ਨੇ ਉਹ 'ਚ ਬੋਲਿਆ ਹੈ ਨਾ ਕਿੱਦਾਂ ਬੋਲਿਆ ਸੀ ਅਮਾ ਇਹ ਬੋਲਿਆ ਵੀ ਮਤਲਬ ਇਹ ਦੋ ਭੈਣਾਂ ਤੇ ਇੱਕ ਭਰਾ ਮਤਲਬ ਉਸ ਬੇਟੀ ਵੱਲੋਂ ਬੋਲਿਆ ਵੀ ਉਹ ਦੋ ਭੈਣਾਂ ਤੇ ਇੱਕ ਭਰਾ ਤੇ ਮੇਰਾ ਬਚਪਨ ਤੋਂ ਹੀ ਇਹਨਾਂ ਨਾਲ ਬਹੁਤ ਪਿਆਰ ਬਾਬਾ ਬਣ ਗਈ ਲਾ ਕੇ ਬੈਠੇ ਮੇਰੇ ਨਾ ਇੱਥੇ ਓਏ ਹੈ ਕਿੱਥੇ ਤੜੀ ਗਾਉਂਦੇ ਬਾਬਾ ਨਾ ਨਾ ਉਹ ਵੈਸੇ ਬਿੱਲੀ ਬਣਾਈ ਹੋਈ ਹੈ ਗਾਉਂ ਥੋੜੀ ਦੇਈ ਹੋ ਅਗਰ ਮੈਂ ਚੇਂਜ ਕਰੂੰਗਾ ਨਾ ਇਹਦੀ ਸ਼ਟਰ ਸਪੀਡ ਤੇ ਇੱਕ ਪੱਖੇ ਦੀ ਜਿਹੜੀ ਆ ਨਾ ਪੱਖ ਦੇ ਪੰਖ ਜੇ ਕੈਮਰੇ ਦੀ ਸ਼ਟਰ ਸਪੀਡ ਤੇ ਜਿਹੜੀ ਓਹਦੀ ਰੋਟੇਸ਼ਨ ਆ ਨਾ ਉਹ ਆਪਸ ਚ ਸਿੰਕ ਉਹ ਬੰਦ ਹੋ ਜਾ ਆਪਸ ਚ ਸਿੰਕ ਹੋਈ ਆ ਇਸ ਕਰਕੇ ਤੋ ਵੀ ਅੱਜ ਕੱਲ੍ਹ ਟੂਟੋਰੀਅਲ ਹਮ ਆਧੀ ਰਾਤ ਕੋ ਹਿੰਦੀ ਮੇ ਦੇਂਗੇ ਤੁਹਾਡੇ ਸਭ ਦਾ ਸਵਾਗਤ ਹੈ ਵੀ ਮਨ ਚੰਨ ਕੀ ਰਸੋਈ ਮੇ ਯਹਾਂ ਪਾਣੀ ਰੀਚ ਰੀਚ ਗਮਲਾ ਹੋ ਰਹਾ ਹੈ ਇਸ ਲਈ ਹਮ ਇਸ ਮੇ ਕਿ ਅਭੀ ਖੰਡ ਡਾਲ ਦੇਂਗੇ ਇੱਕ ਕੱਪ ਹਮਨੇ ਬਣਾਉਣਾ ਹੈ ਕਿਉਂਕਿ ਇੱਕ ਸੇ ਜ਼ਿਆਦਾ ਹਮ ਸੇ ਅੱਛਾ ਨਹੀਂ ਬਣਤਾ ਇਸ ਲਈ ਪਹਿਲੇ ਹਮ ਡਾਲੇਂਗੇ ਇੱਕ ਚਮਚ ਖੰਡ ਦੋ ਚਮਚ ਖੰਡ ਔਰ ਤੀਸਰਾ ਨਾਮ ਮਾਤਰ ਖੰਡ ਕਾ ਚਮਚਾ ਇਸਕੇ ਬਾਅਦ ਹਮ ਡਾਲੇਂਗੇ ਥੋੜ੍ਹੀ ਸੀ ਸੌਂਫ ਤਾਂ ਕਿ ਥੋੜ੍ਹੀ ਹਮੇ ਜੋ ਖਾਧਾ ਪੀਤਾ ਹੈ ਰਾਤ ਕੋ ਵੋ ਪਚ ਜਾਏ ਇਸਕੇ ਸਾਥ ਹੀ ਹਮ ਇਸਮੇ ਡਾਲੇਂਗੇ ਥੋੜ੍ਹਾ ਸੀ ਸੌਂਫ ਕਿਉਂਕਿ ਸਾਥ ਮੇ ਪੜੀ ਥੀ ਸ਼ਾਇਦ ਇਸੀ ਮੇ ਡਾਲਤੇ ਹੈ ਔਰ ਡਾਲ ਦੀਜੀਏ इसके बाद वैसे तो मैं इसमें वो भी डाल देता हूँ जो काली वाली इलायची होती है उसको हम इसमें नहीं पाएंगे क्योंकि अभी इलायची लब नहीं रही पत्ती वाले डब्बे में पता नहीं क्यों चमचा नहीं डाला जाता इसलिए इसको अनुमान से ही डाली जाए डाल शाबाश ये तो बड़ी नॉर्मल सी चाय बन रही है बट इसका जायका उभारने के लिए काम आएगा ये चमचे काफी आजकल का जगह में पाए जाते हैं मतलब दुकानों में ऐसे चमचे मिलते हैं अब अगर इसको आप घुमाते जाएंगे तो आपको अच्छा एक फ्लेवर मिल जाएगा पता नहीं क्यों ये मैंने किसी ढाबे में सीखा था इस वक्त हमें हमारी किचन में डिस्टर्ब ना करें कृपया आप यहाँ से तबाह हो जाए रहेगी ठंड बाबा कॉपियाँ मार दीजिए साड़ियाँ मतलब चाय बनाने के तरीके को लोग अक्सर कॉपी मार लेते हैं तो आप कॉपी मार सकते हैं हमें कोई प्रॉब्लम नहीं है सरकाजम का जोर पूरे जोर पे सर आपने देखा होगा कि छोटी छोटी दुकानों की जो चाय है वो बहुत टेस्टी होते हैं क्योंकि हमने फाइव स्टार होटल की चाय में भी पैसे वेस्ट करके देख लिए हैं जमा ही स्वाद नहीं परी वाली चाय ज़्यादा बढ़िया होती क्योंकि बड़ी रीजनल बनाते ना घुमाते जाएंगे तो थोड़ी कड़े के हाथ ना करेंगे
बचा ली है। अब इसको कड़ी रीझने देंगे और जब ये रीझ जाएगी तो ये बन जाएगी। अब देखें कितनी चीटी सी चाह है, मतलब इसके ऊपर झग सी आ गई है और ये झग ही असली फ्लेवर है। एक बार ट्राई करना ऐसे चमचा मार मार के चाय बनाकर। तो सब्सक्राइब कर दो चैनल। ओके बाय। हुण मैं लिपस्टिक लगा के हटी हाँ इस करके क्योंकि जे तुहाडे लिप्स फटदे आ ना, सब तो ज़्यादा ईजी रेमेडी हैगी है कि तुसी लिपस्टिक लगा के सो जाओ। खास करके विंटर्स च ज़्यादातर लिप्स वगैरह जिहड़े क्रैक हुंदे आ। तुहाडी नानी ने ना देसी टोटका दस्या सीगा कि अगर तुसी अपने लिप्स या अपना जो भी तुहाडे बुल फुटे आ ना उहदे उत्ते मलाई ला लो। हाँ मतलब चाह बना ली है तो मैंने कहते हूँ तू पा के लैके आ कि डब्बे वो पे आ कि जंग करके हटे कि चाह बना के हटे है। गल दसदी हाँ जोड़ा आ वाला डब्बा वै ना ये थी ना गड्डी च भुल गए थे डब्बे तो आज जे तुहानू लगता होगा ना कि सड़के इदा का होया एक गड्डी दे विच पे पे गर्मी दे नाल सारा पिघलिया डब्बा पूरा दो तीन डब्बे होर है चार डब्बे सीगे हाँ इदा का सीगा ਇੱਦਾਂ ਦਾ ਹੋ ਗਿਆ ਜਸਟ ਗਰਮੀ ਨਾਲ ਗੱਡੀ 'ਚ ਪਿਆ ਪਿਆ ਪਿੰਗਲ ਗਿਆ ਸਹੀ ਗੱਲ ਆ ਅਬੇ